ਉਧਰ ਇਸ ਮਾਮਲੇ ਦੇ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਇਹ ਤਾਂ ਵਾਹਿਗੁਰੂ ਦਾ ਭਾਣਾ ਹੈ, ਕਿਸੇ ਨਾਲ ਵੀ ਵਾਪਰ ਸਕਦਾ ਹੈ। ਉਹਨਾਂ ਕਿਹਾ ਹੈ ਕਿ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਨੇ, ਇਸ ਵਿੱਚ ਉਹ ਕੀ ਕਰ ਸਕਦੇ ਨੇ, ਸਰਕਾਰ ਤੋਂ ਸਿਰਫ ਸੁਰੱਖਿਆ ਹੀ ਮੁਹੱਈਆ ਕਰਵਾ ਸਕਦੀ ਹੈ। ਦੇਖੋ ਜਿਹੜੀ ਤਾਂ ਇਹ ਸੁਰੱਖਿਆ ਜੀ, ਇਹ ਤਾਂ ਪਰਮਾਤਮਾ ਦੇ ਹੱਥ ਹੈ। ਇਹ ਤਾਂ ਆਪਾਂ ਵੀ ਟਰੈਵਲ ਰੋਜ਼ ਕਰਦੇ ਹਾਂ, ਪਤਾ ਨਹੀਂ ਕਿੱਥੇ ਕੀ ਹੋ ਜਾਣਾ, ਐਕਸੀਡੈਂਟ ਹੋ ਜਾਣਾ। ਨਹੀਂ ਬਸ ਅੱਜ ਉਸ ਲਈ ਅੰਦਰ ਕੁਛ ਨਾ ਕੁਛ ਨਹੀਂ, ਜੋ ਜੋ ਪ੍ਰਕੋਸ਼ਨ ਜਿਹਨੇ ਉਹ ਤਾਂ ਅਸੀਂ ਵਰਤ ਹੀ ਰਹੇ ਹਾਂ, ਅੱਗੇ ਵਾਸਤੇ ਵਰਤਾਂਗੇ ਵੀ, ਇਹ ਕੋਈ ਦੋ ਰਾਏ ਨਹੀਂ। ਪਰ ਕੁਦਰਤ ਦੇ ਮੂਹਰੇ, ਮਨਸੇ ਵੀ ਕੁਦਰਤ ਦੇ ਮੂਹਰੇ ਕੋਈ ਨਹੀਂ ਖੜ ਸਕਦਾ। ਇਹ ਤਾਂ ਆਪਾਂ ਘਰਾਂ ਦੇ ਐਕਸੀਡੈਂਟ ਨਹੀਂ ਹੁੰਦੇ, ਸੋ ਇਹ ਤਾਂ ਐਕਸੀਡੈਂਟ ਹੋਣਾ, ਹੋਰ ਕੁਛ ਹੋਣਾ, ਜਹਾਜ਼ ਦੇ ਐਕਸੀਡੈਂਟ ਹੋ ਜਾਂਦੇ ਨੇ, ਇਹ ਸਭ ਕੁਦਰਤ ਦੀ ਗੱਲ ਹੈ, ਇਹ ਸਾਨੂੰ ਪਰਮਾਤਮਾ। ਇਸ ਪੂਰੀ ਘਟਨਾ ਅਤੇ ਮੋਗਾ ਦੇ ਤਾਜ਼ਾ ਹਾਲਾਤ ਜਾਣਨ ਲਈ ਗੱਲ ਕਰਦੇ ਹਾਂ ਮੋਗਾ ਤੋਂ ਸਾਡੇ ਪੱਤਰਕਾਰ ਸੂਰਜ ਜੈਨ ਦੇ ਨਾਲ। ਜੀ ਸੂਰਜ, ਹੁਣ ਕੀ ਹਾਲਾਤ ਬਣੇ ਹੋਏ ਨੇ, ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ, ਉਹਨਾਂ ਦੀ ਕਿਹੋ ਜਿਹੀ ਮੰਗ ਹੈ? ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਹਜੇ ਵੀ ਆਪਣੀ ਉਸੇ ਮੰਗ ਤੇ ਅੜੇ ਹੋਏ ਆ, ਜਦ ਤੱਕ ਕੋਈ ਇਸ ਮਾਮਲੇ ਦੇ ਵਿੱਚ ਢੁਕਵੀਂ ਕਾਰਵਾਈ ਸਰਕਾਰ ਦੇ ਉੱਤੇ ਨਹੀਂ ਹੁੰਦੀ। ਕੋਈ ਬਾਦਲ ਸਰਕਾਰ ਦੇ ਉੱਤੇ ਪਰਚੇ ਦੀ ਮੰਗ ਕਰ ਰਹੇ ਹੈਗੇ, ਜਿਹੜੇ ਉਸ ਨੂੰ ਲੈ ਕੇ ਹਜੇ ਅੜੇ ਹੋਏ ਆ, ਜਿਸ ਕਰਕੇ ਉਹਨਾਂ ਨੇ ਹਜੇ ਤੱਕ ਨਾ ਹੀ ਲੜਕੀ ਦਾ ਕੋਈ ਪੋਸਟਮਾਰਟਮ ਕਰਵਾਇਆ, ਨਾ ਹੀ ਅੰਤਿਮ ਸੰਸਕਾਰ ਦੀ ਕੋਈ ਤਿਆਰੀ ਕੀਤੀ ਹੈ, ਔਰ ਪਰਿਵਾਰ ਵਾਲੇ ਜਿਹੜੇ ਇਸ ਟਾਈਮ ਵੀ ਮੋਗਾ ਦੇ ਸਿਵਲ ਹਸਪਤਾਲ 'ਚ ਮੌਜੂਦ ਹੈ। ਜੀ ਬਿਲਕੁਲ ਸੂਰਜ, ਬੀਤੇ ਦਿਨ ਹੀ ਪੰਜਾਬ ਸਰਕਾਰ ਵੱਲੋਂ 20 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਦੇਣ ਅਤੇ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ, ਇਸ ਬਾਰੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ? ਜੀ ਉਹਨਾਂ ਦੇ ਸਾਡੀ ਗੱਲ ਹੋਈ ਆ ਮ੍ਰਿਤਕ ਲੜਕੀ ਦੇ ਪਿਤਾ ਸੁਖਦੇਵ ਦੇ ਨਾਲ, ਔਰ ਉਹਨਾਂ ਨੇ ਜਿਹੜੀ ਹੈਗੀ ਹੈ ਪੈਸਿਆਂ ਦੀ ਜਿਹੜੀ ਪੇਸ਼ਕਸ਼ ਕੀਤੀ ਗਈ ਉਸਨੂੰ ਠੁਕਰਾ ਦਿੱਤਾ। ਉਹਨਾਂ ਦਾ ਇਹੀ ਕਹਿਣਾ, ਅਸੀਂ ਸਿਰਫ ਕਾਰਵਾਈ ਦੀ ਮੰਗ ਚਾਹੁੰਦੇ ਹਾਂ, ਨਾ ਕਿ ਕੋਈ ਪੈਸੇ ਦੀ ਮੰਗ ਚਾਹੁੰਦੇ। ਜਿੰਨੇ ਚਿਰ ਕੋਈ ਕਾਰਵਾਈ ਨਹੀਂ ਹੁੰਦੀ, ਉਹਨਾਂ ਚਿਕਰ ਜਿਹੜਾ ਸਾਡਾ ਸੰਘਰਸ਼ ਇਹ ਜਾਰੀ ਰਹੂਗਾ। ਜੋ ਐਕਸ਼ਨ ਕਮੇਟੀ, ਜੋ ਵੀ ਜਥੇਬੰਦੀਆਂ ਉਹਨਾਂ ਨਾਲ ਰਲੀਆਂ, ਉਹਨਾਂ ਦਾ ਸਾਥ ਦੇ ਰਹੀਆਂ, ਉਹਨਾਂ ਦੀ ਜਿਹੜੀ ਸਹਿਮਤੀ ਬਿਨਾਂ ਕੋਈ ਵੀ ਕਦਮ ਨਹੀਂ ਚੁੱਕਿਆ ਜਾਏਗਾ। ਜੀ ਸੂਰਜ, ਜੇਕਰ ਗੱਲ ਕਰੀਏ ਪੀੜਤ ਪਰਿਵਾਰ ਦਾ ਸਾਥ ਦੇਣ ਵਾਲਿਆਂ ਦੀ, ਤਾਂ ਕਿਹੜੇ ਕਿਹੜੇ ਲੋਕ, ਕਿਹੜੇ ਕਿਹੜੀਆਂ ਜਥੇਬੰਦੀਆਂ ਅਤੇ ਕਿਹੜੇ ਕਿਹੜੇ ਸਿਆਸੀ ਪਾਰਟੀਆਂ ਅਤੇ ਆਗੂ ਉਹਨਾਂ ਦੇ ਸਾਥ ਲਈ ਅੱਗੇ ਆਈਆਂ ਨੇ? ਦੇਖੋ ਇੱਥੇ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਪਰਸੋਂ ਦਾ ਇਹ ਧਰਨਾ ਜਾਰੀ ਆ, ਉਹਦੇ ਵਿੱਚ ਆਮ ਆਦਮੀ ਪਾਰਟੀ, ਕਿਸਾਨ ਖੇਤ ਮਜ਼ਦੂਰ ਯੂਨੀਅਨ, ਔਰ ਸਿੱਖ ਜਥੇਬੰਦੀਆਂ, ਪੀ ਐਸ ਯੂ ਪੰਜਾਬ ਸਟੂਡੈਂਟ ਯੂਨੀਅਨ, ਪੰਜਾਬ ਸਟੂਡੈਂਟ ਫੈਡਰੇਸ਼ਨ ਵਾਲੇ ਉਹਨਾਂ ਦਾ ਸਾਥ ਜਿਹੜਾ ਸਮਰਥਨ ਦੇ ਰਹੇ ਹੈਗੇ ਆ, ਔਰ ਇੱਥੇ ਧਰਨੇ 'ਚ ਡਟੇ ਹੋਏ ਆ। ਕੁਛ ਲੜਕੀ ਜਿਹੜੀਆਂ ਹੈਗੀਆਂ ਇਹ ਇਹਨਾਂ ਦੇ ਪਰਿਵਾਰ ਦੇ ਸਮਰਥਨ ਵਿੱਚ ਉੱਠੀਆਂ ਹੋਈਆਂ, ਜਿਹੜੀਆਂ ਇਹ ਵੀ ਮੰਗ ਕਰ ਰਹੀਆਂ ਹੈਗੀਆਂ, ਜਿਹਨਾਂ ਦੇ ਕਾਰਵਾਈ ਹੋਣ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਸੰਘਰਸ਼ ਖਤਮ ਹੋਏਗਾ। ਜੀ ਸੂਰਜ, ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ, ਪੁਲਿਸ ਪ੍ਰਸ਼ਾਸਨ ਦਾ ਇਸ ਪੂਰੇ ਮਾਮਲੇ 'ਤੇ ਕੀ ਕਹਿਣਾ ਹੈ, ਕਿਹੋ ਜਿਹੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਅਤੇ ਪਰਿਵਾਰਕ ਮੈਂਬਰਾਂ ਨਾਲ ਕੀ ਕਿਸੇ ਅਕਾਲੀ ਆਗੂ ਵੱਲੋਂ ਕੋਈ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ, ਕੀ ਉਹਨਾਂ ਵੱਲੋਂ ਕੋਈ ਭਰੋਸਾ ਦੇਣ ਲਈ ਪਹੁੰਚਿਆ ਉਹਨਾਂ ਦੇ ਕੋਲ? ਜੀ ਦੇਖੋ, ਜੇ ਪੁਲਿਸ ਦੀ ਆਪਾਂ ਗੱਲ ਕੀਤੀ ਜਾਵੇ ਤੇ ਪੁਲਿਸ ਉਹਦਾ ਇਹੀ ਕਹਿਣਾ ਹੈਗਾ ਵਾ, ਕੱਲ ਡੀ ਆਈ ਜੀ ਵੀ ਆਏ ਸੀ, ਐਸ ਐਸ ਪੀ ਵੀ, ਹੋਰ ਸਾਰੇ ਸਾਰੇ ਇੱਥੇ ਛੋਣੀ ਤਬਦੀਲ ਹੋਇਆ ਸੀ, ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਵਾ ਵੀ ਇਸ ਮਾਮਲੇ ਜਿਹੜੀ ਢੁਕਵੀਂ ਕਾਰਵਾਈ ਬਣਦੀ ਸੀਗੀ, ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਜਿਹੜਾ ਫੜ ਲਿੱਤਾ, ਔਰ ਉਹਨਾਂ ਤੋਂ ਜਿਹੜਾ ਹੈਗਾ ਵਾ ਰਿਮਾਂਡ ਤੇ ਲਿਆ ਹੋਇਆ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਹੈ, ਔਰ ਇਸ ਤੋਂ ਵੱਧ ਇਹ ਪੁਲਿਸ ਇਹਦੇ 'ਚ ਕੀ ਕਰ ਸਕਦੀ ਹੈ? ਹੁਣ ਜਿਹੜਾ ਇਹਨਾਂ ਵੱਲੋਂ ਸੰਘਰਸ਼ ਵੱਢਿਆ ਗਿਆ ਤਾਂ ਸਰਕਾਰ ਦੇ ਖਿਲਾਫ ਹੈਗਾ, ਪੁਲਿਸ ਇਹਦੇ 'ਚ ਕੁਛ ਨਹੀਂ ਕਰ ਸਕਦੀ। ਔਰ ਦੂਜੇ ਪਾਸੇ ਜੇ ਗੱਲ ਕਰਦੀ ਹੈ ਅਕਾਲੀਆਂ ਦੀ, ਤੇ ਇਸ ਟਾਈਮ ਕੋਈ ਵੀ ਉੱਥੇ ਅਕਾਲੀ ਨੇਤਾ ਜਾਂ ਕੋਈ ਵੀ ਹੋਰ ਵਰਕਰ ਉੱਥੇ ਨਹੀਂ ਪਹੁੰਚਿਆ ਜਿਨ੍ਹਾਂ ਨੇ ਉਹਨਾਂ ਦੇ ਘਰ ਦੀ ਸਥਿਤੀ ਦੀ, ਘਰ ਦੇ ਪਰਿਵਾਰ ਵਾਲਿਆਂ ਨੂੰ ਦੁੱਖ ਸਾਂਝਾ ਕੀਤਾ ਹੋਵੇ। ਜੀ ਸੂਰਜ, ਇਸ ਸਾਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੱਸੀਏ ਕਿ ਪਰਿਵਾਰਕ ਮੈਂਬਰ ਲੜਕੀ ਦੇ ਅੰਤਿਮ ਸੰਸਕਾਰ ਨਾ ਕਰਨ 'ਤੇ ਜਿਹੜੇ ਉਹਨਾਂ ਨੇ ਅੜੇ ਹੋਏ ਨੇ, ਉਹਨਾਂ ਦਾ ਕਹਿਣਾ ਕਿ ਜਦ ਤੱਕ ਉਹਨਾਂ ਨੂੰ ਪੂਰੀ ਤਰ੍ਹਾਂ ਇਨਸਾਫ ਨਹੀਂ ਮਿਲ ਜਾਂਦਾ, ਨਾ ਤਾਂ ਉਹ ਮ੍ਰਿਤਕ ਲੜਕੀ ਦਾ ਜਿਹੜਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਸੰਸਕਾਰ ਕਰਨਗੇ। ਦੱਸੀਏ ਕਿ ਬੀਤੇ ਦਿਨ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਐਲਾਨ ਕੀਤਾ ਗਿਆ ਸੀ, ਪਰ ਪੀੜਤ ਪਰਿਵਾਰ ਨੇ ਇਸ ਨੂੰ ਠੁਕਰਾ ਦਿੱਤਾ। ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਜਿਹੜਾ ਕਾਰਵਾਈ ਜਿਹੜੀ ਦੋਸ਼ੀਆਂ ਦੇ ਖਿਲਾਫ ਆ ਉਹ ਹੋਣੀ ਚਾਹੀਦੀ, ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤਦ ਤੱਕ ਉਹ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।